ਤੇ ਹੁਣ ਇੱਕ ਸੋਗਮਈ ਖਬਰ ਪ੍ਰਸਿੱਧ ਰੰਗਕਰਮੀ ਅਤੇ ਕੈਨੇਡਾ ਵਿੱਚ ਪੰਜਾਬੀ ਥੀਏਟਰ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਯੋਗਦਾਨ ਪਾ ਰਹੇ ਗੁਰਦੀਪ ਸਿੰਘ ਪੁੱਲਰ ਡਾਇਰੈਕਟਰ ਗੁਰਦੀਪ ਆਰਟ ਅਕੈਡਮੀ ਸਰੀ ਕੈਨੇਡਾ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਹਨਾਂ ਦੇ ਵੱਡੇ ਭਰਾ ਗੁਰਬਖਸ਼ ਸਿੰਘ ਪੁੱਲਰ ਸਦੀਵੀ ਵਿਛੋੜਾ ਦੇ ਗਏ ਉਹ 63 ਸਾਲਾਂ ਦੇ ਸਨ ਅਤੇ ਇੰਡੀਆ ਵਿੱਚ ਸਨ ਗੁਰਦੀਪ ਸਿੰਘ ਪੁੱਲਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਆਗੂ ਜਰਨੈਲ ਸਿੰਘ ਸੇਖਾ ਜਰਨੈਲ ਸਿੰਘ ਆਰਟਿਸਟ ਮੋਹਨ ਗਿੱਲ ਜਸਵਿੰਦਰ ਗਜ਼ਲਗੋ ਅੰਗਰੇਜ਼ ਬਰਾੜ ਚਮਕੌਰ ਸਿੰਘ ਸੇਖੋਂ ਨਵਦੀਪ ਗਿੱਲ ਸਮੇਤ ਅਨੇਕਾਂ ਸ਼ਖਸੀਅਤਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।